खालिस्तान टाइगर लिबरेशन फोरस दे मुखी अवतार सिंह खंडा दी मौत हो गई है। अवतार सिंह खंडा कैंसर तो पीड़ित सन अते पिछले 3 दिनों तो लंदन दे एक हस्पताल विच जेरे इलाज सन। बीती रात मौत हो गई। अकाल तख्त साहिब दे साबका जथेदार जसवीर सिंह रोडे ने परिवार नाल दुख सांझा करन लई प्रगटाया मौत दा शक। परिवार विच मां अते भैण दे पिता पहला शहीद होए सन। मोगा दे वसनीक अवतार सिंह खंडा जो कि लंबे समय तो लंदन विच रहे सन अते खालिस्तान टाइगर लिबरेशन दे आगू सन दी बीती रात हस्पताल विच इलाज तो बाद मौत हो गई सी। जिस दी खबर अज मोगा पहुंची ता उक्त परिवार दे वक वक आगुआ इसे परिवार नाल दुख सांझा करन पहुंचे सिख जथेबंदियां ने अकाल तख्त साहिब दे साबका जथेदार जसवीर सिंह रोडे ने दस्या कि भाई साहिब अवतार सिंह पिछले 3 दिनों तो कैंसर दी बीमारी तो पीड़ित सन। उन्हां नूं लंदन दे एक हस्पताल विच दाखिल करवाया गया सी जिथे उस सस्सा टिड च दर्द होण कारण दाखिल करवाया गया सी। उन्हां कहा कि कैंसर तो पीड़ित कोई भी इन्नी जल्दी मौत नहीं कर सकदा अते भैण इस लई असी लंदन दे गैंग दे संपर्क च हां, बाकी सच्चाई रिपोर्ट आउण तो बाद ही सामने आवेगी। उस दे पोस्टमार्टम तो बाद ए भी विचार कीता जा रहा है कि उस दी लाश नूं मोगा लियांदा जावे जां उस दी मां अते भैण नूं लंदन भेजिया जावे। ਇਹਨਾਂ ਦੀ ਰਾਤ ਹੀ ਹੋਸਪਿਟਲ ਇੰਗਲੈਂਡ ਦੇ ਵਿੱਚ ਬ੍ਰਹਮਿੰਗਮ ਦੇ ਵਿੱਚ ਉਹਨਾਂ ਦੀ ਮੌਤ ਹੋਈ ਹੈ। ਬਹੁਤ ਸਿਹਤਮੰਦ ਸੀ ਉਹ, ਬਹੁਤ ਨਰੋਏ ਸੀ, ਦਿਲ ਕਰਕੇ ਵੀ ਤਕੜੇ ਸੀ ਅਤੇ 3 ਕੁ ਦਿਨ ਦੇ ਵਿੱਚ ਹੀ ਸਾਰੀ ਇਹ ਘਟਨਾ ਵਾਪਰ ਗਈ। ਉਦੋਂ ਪਹਿਲਾਂ ਸਾਰੀ ਐਕਟੀਵਿਟੀ ਕਰਦੇ ਸੀ, ਆਪਣੇ ਕੰਮ 'ਤੇ ਜਾਂਦੇ ਸੀ, ਟੈਲੀਫੋਨ ਵੀ ਕਰਦੇ ਸੀ, ਘਰ ਵੀ ਉਹਨੇ ਮਦਰ ਨੇ ਵੀ ਦੱਸਿਆ ਵੀ ਮੇਰੇ ਨਾਲ ਸ਼ੁਕਰ ਸ਼ਨਿਚਰਵਾਰ ਨੂੰ ਵੀ ਗੱਲ ਹੋਈ। ਪਰ ਇਹ ਜਿਵੇਂ ਉੱਥੋਂ ਰਿਪੋਰਟਾਂ ਮਿਲੀਆਂ ਵੀ ਕੈਂਸਰ ਦੇ ਨਾਲ ਇਹ ਹੋ ਗਈ, ਮੌਤ ਹੋ ਗਈ ਉਹਦੀ, ਇਹ ਬੜੀ ਹੈਰਾਨੀਜਨਕ ਹੈ। ਅੱਜ ਤਾਂ ਆਪਾਂ ਇੱਥੇ ਵੀ ਇੰਡੀਆ 'ਚ ਰਹਿੰਦੇ ਹਾਂ, ਕੈਂਸਰ ਕਈਆਂ ਨੂੰ ਹੋ ਜਾਂਦਾ ਪਰ ਉਹ ਸਾਲ ਦੋ ਸਾਲ ਉਹਨਾਂ ਦਾ ਟ੍ਰੀਟਮੈਂਟ ਚੱਲਦਾ ਰਹਿੰਦਾ। ਸਾਡੇ ਇੰਟਰਨੈਸ਼ਨਲ ਪੰਥਕ ਦਲ ਦੀ ਜਥੇਬੰਦੀ ਦੇ KTV ਦੇ ਹੋਰ ਉੱਥੋਂ ਦੀਆਂ ਜਥੇਬੰਦੀਆਂ ਨੇ ਬੜੀ ਅਪਰੋਚ ਕੀਤੀ, ਸਾਰਿਆਂ ਨੇ ਜਾ ਕੇ ਆਪ ਹੈਲਪ ਕੀਤੀ ਜੀ, ਨਹੀਂ ਕਰ ਸਕਦੇ ਸੀ। ਪਰ ਹਾਲੇ ਤੱਕ ਜਦੋਂ ਤੱਕ ਉਹਨਾਂ ਦੀ ਡੈੱਡ ਬੋਡੀ ਦੀ ਪੋਸਟਮਾਰਟਮ ਰਿਪੋਰਟ ਨਹੀਂ ਆਉਂਦੀ ਉਦੋਂ ਤੱਕ ਪਤਾ ਨਹੀਂ ਲੱਗ ਰਿਹਾ ਹਾਲੇ ਵੀ ਅਸਲੀਅਤ ਕੀ ਹੈ। ਕੁਝ ਜਿਹੜੀਆਂ ਸਿੱਖ ਜਥੇਬੰਦੀਆਂ ਉੱਥੇ ਉਹ ਸ਼ੰਕਾ ਕਰ ਰਹੀਆਂ ਕਿ ਇਹਨਾਂ ਨੂੰ ਸਲੋ ਪੋਇਜ਼ਨ ਦਿੱਤੀ ਗਈ ਹੈ ਜਿਹਦੇ ਕਰਕੇ ਇੰਨੀ ਜਲਦੀ ਉਹਨਾਂ ਦੇ ਪੇਟ 'ਚ ਦਰਦ ਸ਼ੁਰੂ ਹੋ ਗਿਆ। ਦਰਦ ਸ਼ੁਰੂ ਹੋਣ ਤੋਂ ਬਾਅਦ ਤੁਰੰਤ ਹੀ 2 ਦਿਨਾਂ ਦੇ ਵਿੱਚ ਉਹਨਾਂ ਦੀ ਮੌਤ ਹੋ ਗਈ। ਇਹ ਪਰ ਸਾਰਾ ਕੁਝ ਪੋਸਟਮਾਰਟਮ ਰਿਪੋਰਟ ਤੋਂ ਬਾਅਦ, ਕਿਉਂਕਿ ਜਿਹੜੀ ਉੱਥੋਂ ਦੀ ਹੋਸਪਿਟਲ ਹੈ, ਡਾਕਟਰ ਹੈ, ਉਹਨਾਂ ਨੇ ਨਿਰਪੱਖ ਜਾਂਚ ਕਰਕੇ ਪੋਸਟਮਾਰਟਮ ਦੀ ਰਿਪੋਰਟ ਤਾਂ ਦੇ ਦੇਣੀ ਆ, ਜਿਹੜੀ ਕਿ ਮੈਨੂੰ ਉਮੀਦ ਆ ਘੰਟੇ 1.5 ਘੰਟੇ 'ਚ ਆ ਜਾਊਗੀ। ਉੱਥੇ ਜਿਹੜੀ ਅਗਲੀ ਕਾਰਵਾਈ ਹੈ ਉਹ ਪਰਿਵਾਰਕ ਮੈਂਬਰਾਂ ਦਾ ਰਾਇ ਚੱਲ ਰਹੀ ਹੈ ਕਿ ਉਹਨਾਂ ਦੀ ਡੈੱਡ ਬੋਡੀ ਇੱਥੇ ਲਿਆਂਦੀ ਜਾਵੇ। ਜੇ ਉਹਦੇ 'ਚ ਕੋਈ ਦਿੱਕਤ ਆਉਂਦੀ ਹੈ, ਸਮਾਂ ਬਹੁਤਾ ਲੱਗਦਾ ਹੈ, ਫਿਰ ਉਹਨਾਂ ਦੇ ਪਰਿਵਾਰ ਨੂੰ ਉੱਥੇ ਭੇਜਿਆ ਜਾਵੇ, ਕਿਉਂਕਿ ਇਹ ਤਾਂ ਇੱਕ ਕੁਦਰਤੀ ਸਮਾਜਿਕ ਰਸਮਾਂ ਹੈ। ਹੁਣ ਉਹਨਾਂ ਦੀ ਮੌਤ ਹੋ ਗਈ, ਉਹਦੀ ਮਾਤਾ, ਉਹਦੀ ਭੈਣ, ਉਹ ਤਾਂ ਉੱਥੇ ਹੋ ਜਾ ਹਾਜ਼ਰ ਚਾਹੀਦੇ ਆ। ਸੋ ਮੈਨੂੰ ਲੱਗਦਾ ਵੀ ਜੇ ਕੋਈ ਬਹੁਤੀ ਦਿੱਕਤ ਨਹੀਂ ਹੋਣੀ, ਪਰ ਕੋਸ਼ਿਸ਼ ਕਰਾਂਗੇ ਮੈਂ ਹੁਣ ਤੋਂ ਹੀ ਇਹ ਕੋਸ਼ਿਸ਼ ਕਰਕੇ ਜਿੰਨੀ ਜਲਦੀ ਹੋ ਸਕਿਆ ਇਹਨਾਂ ਦਾ ਵੀਜ਼ਾ ਵੀ ਲੱਗ ਜੇ। ਫਰਦਰ ਜੇ ਦੂਸਰੇ ਪਾਸੇ ਉਹ ਸਿੰਘ ਲੱਗੇ ਹੋਏ ਆ ਇੰਗਲੈਂਡ ਵਾਲੇ, ਵੀ ਇਹਨਾਂ ਦੀ ਬੋਡੀ ਜਿਹੜੀ ਇੰਡੀਆ ਭੇਜੀ ਜਾਵੇ, ਜੇ ਉਹਦੇ 'ਚ ਕਾਮਯਾਬ ਹੋ ਗਏ ਫਿਰ ਵੀਜ਼ਾ ਭਾਵੇਂ ਲੱਗ ਵੀ ਜਾਵੇ, ਫਿਰ ਪਰਿਵਾਰਕ ਮੈਂਬਰਾਂ ਦੀ ਰਾਇ ਕਿ ਅਸੀਂ ਨਹੀਂ ਜਾਵਾਂਗੇ। ਪਰ ਦੋਨੇ ਪ੍ਰੋਸੀਜਰ ਚੱਲ ਰਹੇ ਆ, ਜਿਨ੍ਹਾਂ 'ਚੋਂ ਵੀ ਕਾਮਯਾਬੀ ਮਿਲੀ ਸਫਲ ਹੋ ਗਏ ਉਸ ਢੰਗ ਨਾਲ ਕੀਤਾ ਜਾਊਗਾ। ਪਰ ਇਹ ਪੂਰੇ ਸਿੱਖ ਜਥੇਬੰਦੀਆਂ ਵਿੱਚ ਬੜੇ ਦੁੱਖ ਦੀ ਇਹ ਖਬਰ ਸੁਣੀ ਗਈ, ਕਿਉਂਕਿ ਪਹਿਲਾਂ ਸ਼ਹੀਦ ਭਾਈ ਕੁਲਵੰਤ ਸਿੰਘ ਖਖਰਾਣਾ, ਉਹਨਾਂ ਨੂੰ ਭਗੌੜਾ ਕਰਾਰ ਕਹਿ ਕੇ ਅੱਜ ਤੱਕ ਨਹੀਂ ਦੱਸਿਆ ਵੀ ਕਿੱਥੇ ਭਗੌੜੇ ਨੇ, ਕਿੱਥੇ ਗਏ ਨੇ। ਇੱਕੋ ਇੱਕ ਮੁੰਡਾ ਉਹਨਾਂ ਦਾ, ਇਹ ਨੌਜਵਾਨ ਜਿਹਨੂੰ 10-12 ਸਾਲ ਹੋ ਗਏ ਇੰਗਲੈਂਡ ਗਏ ਨੂੰ, ਉਹਦੇ ਪਿੱਛੇ ਪਏ ਸੀ ਸਾਰੀਆਂ ਏਜੰਸੀਆਂ ਖੰਡਾ ਕਰਕੇ ਵੀ ਆ ਪਿੱਛੇ, ਜੀ ਤੁਹਾਨੂੰ ਪਤਾ ਹੀ ਹੈ, ਖੰਡੇ ਕਰਕੇ ਹੀ ਉਹਦੀ ਮਦਰ ਨੂੰ, ਉਹਦੀ ਸਿਸਟਰ ਨੂੰ, ਜਿਹੜੀਆਂ ਦੋਵੇਂ ਜੋਬ ਕਰਦੀਆਂ, ਇੱਕ ਹੋਸਪਿਟਲ 'ਚ ਕਰਦੀ ਹੈ, ਇੱਕ ਸਕੂਲ 'ਚ ਕਰਦੀ ਹੈ, ਦੋਨਾਂ ਨੂੰ ਚੱਕ ਲਿਆ ਗਿਆ, ਦੋਨਾਂ ਨੂੰ ਥਾਣੇ 'ਚ ਰੱਖਿਆ ਗਿਆ। ਉਦੋਂ ਵੀ ਅਸੀਂ ਬਹੁਤ ਭੱਜ ਨੱਠ ਕੀਤੀ ਵੀ ਕਿਉਂ ਤੁਸੀਂ ਸਾਨੂੰ ਜਲਾਲਤ ਦੇ ਰਸਤੇ ਤੋਰ ਰਹੇ ਹਾਂ। ਅੱਜ ਦੇਖੋ ਜਿਹੜਾ ਕੁਛ ਵਾਪਰ ਗਿਆ, ਇਹ ਸਾਰੀਆਂ ਪਿਛਲੀਆਂ ਘਟਨਾਵਾਂ ਨਾਲ ਜੋੜ ਕੇ ਦੇਖੀਏ ਤਾਂ ਬਹੁਤ ਮਨ ਦੇ ਵਿੱਚ ਸ਼ੰਕਾਵਾਂ ਪ੍ਰਗਟ ਹੁੰਦੀਆਂ। ਪਰ ਇਹ ਸਾਰੇ ਸਿੱਖ ਜਗਤ ਦਾ ਮਸਲਾ ਹੈ, ਸਾਰੇ ਆਪੋ ਆਪਣੇ ਢੰਗ ਨਾਲ ਲੱਗੇ ਹੋਏ ਹੈ। ਜਿਹੜੀ ਵੀ ਸੱਚਾਈ ਸਾਹਮਣੇ ਆਊਗੀ ਤੁਹਾਡੇ ਨਾਲ ਦੁਬਾਰਾ ਸਾਂਝੀ ਕਰਾਂਗੇ। ਕੈਂਸਰ ਸੀਗਾ ਉਹਨਾਂ ਨੂੰ ਹਸਪਿਟਲ ਤਾਂ ਹੀ ਦਾਖਲ ਹੋਏ ਸੀ, ਉਹ ਕੈਂਸਰ ਕਰਕੇ ਨਹੀਂ ਸੀ ਗਏ, ਉਹਨਾਂ ਦੇ ਪੇਟ 'ਚ ਦਰਦ ਸੀ 3-4 ਦਿਨ ਤੋਂ ਸੀ। ਜਿਹੜੀ ਆਹ ਬਲੂ ਸਟਾਰ ਦੀ ਪਰੇਡ ਹੋਈ ਉਹਦੇ 'ਚ ਵੀ ਗਏ ਨਹੀਂ, ਉਹ ਕਹਿੰਦੇ ਵੀ ਮੇਰੇ ਪੇਟ 'ਚ ਦਰਦ ਹੈ। ਅਤੇ ਉਹ ਜਦੋਂ ਡਾਕਟਰਾਂ ਚੈੱਕ ਕਰਾਉਣ ਗਏ ਉਹਨਾਂ ਨੇ ਦੱਸਿਆ ਵੀ ਤੁਹਾਡੇ ਪੇਟ 'ਚ ਦਰਦ ਨਹੀਂ, ਤੁਹਾਨੂੰ ਤੁਹਾਡਾ ਜਿਹੜਾ
फूड पाइप है, ये सानू शंका है भी कैंसर है। जो डॉक्टर ने कैंसर दसी उधर देखो फूड पाइप भी हुए, फूड पाइप भी चेंज हो जाते हैं, कोई एडिया वड्डिया गल्ला है नहीं ये, पर तुरंत जिस ढंग के नाल बीमारी वधी तो तुरंत ही डॉक्टर ने कहा कि बहुत डेंजरस क्रिटिकल स्टेट ते हैगे ये, तो तरह रात होनी 11:30 मौत हो गई। यह सारिया गल्लां शंका उत्पन्न कर दी है, पर उदों तक कहना कुछ वाजब नहीं होगा जदों तक डॉक्टर की सही रिपोर्ट नहीं आ जाती।